ਇਹ ਨੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਹੰਡਿਆਇਆ ਦੇ ਰਹਿਣ ਵਾਲੇ ਮੋਹਨ ਸਿੰਘ ਖਾਲਸਾ। ਮੋਹਨ ਸਿੰਘ ਖਾਲਸਾ ਆਪਣੇ ਜਨਮ ਤੋਂ ਹੀ ਹੰਡਿਆਇਆ ਪਿੰਡ ਵਿੱਚ ਰਹਿ ਰਹੇ ਹਨ, ਪਰ ਅਸਲ ਵਿੱਚ ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਰਹਿਣ ਵਾਲੇ ਹਨ। ਦਰਅਸਲ ਮੋਹਨ ਸਿੰਘ ਖਾਲਸਾ ਦੇ ਪਿਤਾ ਜੀ ਹੰਡਿਆਇਆ ਵਿਖੇ ਨਹਿਰੀ ਵਿਭਾਗ ਵਿੱਚ ਨੌਕਰੀ ਕਰਦੇ ਸਨ। ਉਸ ਦੌਰਾਨ ਇੱਥੇ ਹੀ ਉਹਨਾਂ ਦਾ ਜਨਮ ਹੋਇਆ। ਜਵਾਨ ਹੋਣ ਤੇ ਹੰਡਿਆਇਆ ਵਿੱਚ ਹੀ ਸਥਿਤ ਇੱਕ ਫੈਕਟਰੀ ਵਿੱਚ ਮੋਹਨ ਸਿੰਘ ਖਾਲਸਾ ਡਰਾਈਵਰ ਦੇ ਤੌਰ ਤੇ ਨੌਕਰੀ ਕਰਨ ਲੱਗ ਪਏ। ਮੋਹਨ ਸਿੰਘ ਖਾਲਸਾ ਬਾਰੇ ਇਹ ਗੱਲਾਂ ਤੁਹਾਨੂੰ ਆਮ ਜਨ ਜੀਵਨ ਦਾ ਹਿੱਸਾ ਹੀ ਲੱਗਣਗੀਆਂ, ਪਰ ਜੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਉਹ ਜਾਣਕਾਰੀ ਮੋਹਨ ਸਿੰਘ ਖਾਲਸਾ ਨੂੰ ਖਾਸ ਬਣਾਉਂਦੀ ਹੈ। ਅਸਲ ਵਿੱਚ ਮੋਹਨ ਸਿੰਘ ਖਾਲਸਾ ਦਾ ਪਹਿਲਾ ਨਾਮ ਮੋਹਨ ਲਾਲ ਸੀ ਅਤੇ ਉਹਨਾਂ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਮੋਹਨ ਸਿੰਘ ਖਾਲਸਾ ਦੇ ਦੋ ਭਰਾ ਅਤੇ ਇੱਕ ਭੈਣ ਸਨ। ਦੋਵੇਂ ਹਿਮਾਚਲ ਪ੍ਰਦੇਸ਼ ਵਿੱਚ ਖੇਤੀ ਕਰਦੇ ਹਨ, ਜਦਕਿ ਭੈਣ ਪੰਜਾਬ ਵਿੱਚ ਵਿਆਹੀ ਹੋਈ ਹੈ। ਮੋਹਨ ਸਿੰਘ ਖਾਲਸਾ ਦਾ ਜਨਮ ਹੰਡਿਆਇਆ ਵਿੱਚ ਹੋਇਆ ਹੋਣ ਕਰਕੇ ਉਹ ਇੱਥੇ ਹੀ ਰਹਿਣ ਲੱਗ ਪਏ। ਮੋਹਨ ਸਿੰਘ ਖਾਲਸਾ ਦੱਸਦੇ ਹਨ ਕਿ ਪਹਿਲਾਂ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਦੇ ਆਦੀ ਸਨ ਅਤੇ ਕਈ ਵਾਰ ਲੋਕ ਉਹਨਾਂ ਨੂੰ ਘਰ ਛੱਡ ਜਾਂਦੇ ਸਨ, ਪਰ ਜਿਨ੍ਹਾਂ ਦੇ ਨਾਲ ਉਹ ਨੌਕਰੀ ਕਰਦੇ ਸਨ ਉਹ ਨਿਤਨੇਮੀ ਸਨ। ਉਹਨਾਂ ਨਾਲ ਰਹਿੰਦਿਆਂ ਮੋਹਨ ਸਿੰਘ ਖਾਲਸਾ ਨੂੰ ਸਿੱਖੀ ਦੀ ਚੇਟਕ ਲੱਗੀ ਅਤੇ ਅੱਜ ਤੋਂ 15 ਸਾਲ ਪਹਿਲਾਂ ਹੰਡਿਆਇਆ ਵਿੱਚ ਲੱਗੇ ਇੱਕ ਦੀਵਾਨ ਸੁਣ ਕੇ ਉਹਨਾਂ ਨੇ ਅੰਮ੍ਰਿਤ ਛਕਣ ਦਾ ਮਨ ਬਣਾ ਲਿਆ। ਉਹਨਾਂ ਨੇ ਪਰਿਵਾਰ ਨੂੰ ਉਹਨਾਂ ਦਾ ਫੈਸਲਾ ਅਜੀਬ ਲੱਗਿਆ, ਪਰ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਘਰਵਾਲੀ ਨੇ ਵੀ ਅੰਮ੍ਰਿਤ ਛਕ ਲਿਆ ਅਤੇ ਕੁਝ ਸਮੇਂ ਬਾਅਦ ਉਹਨਾਂ ਦੇ ਤਿੰਨੇ ਬੱਚੇ ਵੀ ਅੰਮ੍ਰਿਤਧਾਰੀ ਹੋ ਗਏ। ਇੱਥੇ ਗੁਰਦੁਆਰਾ ਸਾਹਿਬ 'ਚ ਮੇਰਾ ਭਰਾ ਰਹਿੰਦਾ, ਜਿੱਥੇ ਉਹਨਾਂ ਨੂੰ ਮਹਾਰਾਜ ਦਾ ਸਰੂਪ ਇੱਕ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਕਹਿੰਦੇ ਸਾਨੂੰ ਇੱਕ ਹੋਰ ਭੇਟਾ ਕਰੋ। ਫਿਰ ਇੱਕ ਭੇਟਾ ਆਪਾਂ ਕੀਤਾ ਜੀ ਆਨੰਦਪੁਰ ਸਾਹਿਬ ਤੋਂ, ਹੁਣ ਭੇਟਾ ਕਰਵਾਇਆ ਜੀ ਪਿਛਲੇ ਮਹੀਨੇ। ਹਾਂ, ਉਹ ਸਾਰੇ ਸਿੱਖੀ ਸਰੂਪ 'ਚ ਆ ਜੀ, ਦਮਾਲੇ ਬੰਨਦੇ ਆ, ਪੂਰਾ ਪਾਠ ਕਰਦੇ ਆ। ਸੁਖਮਨੀ ਸਾਹਿਬ ਦਾ ਪਾਠ ਚੱਲਦਾ ਉੱਥੇ ਜੀ, ਪੂਰਾ ਵਧੀਆ, ਮਤਲਬ ਕਿ ਉਹ ਕਰਦੇ। ਉੱਧਰਲੇ ਹੀ ਬੰਦੇ ਜੀ ਰਹਿਣ ਵਾਲੇ, ਕੋਈ ਬਾਬਾ ਜੀ ਇੱਧਰ ਰਹਿੰਦੇ ਸੀ, ਉੱਧਰਲੇ ਬੰਦੇ ਉਹਨਾਂ ਨੇ ਉੱਥੇ ਗੁਰਦੁਆਰਾ ਬਣਾਇਆ, ਕਮੇਟੀ ਬਣੀ ਹੋਈ ਆ, ਉਹਨਾਂ ਦਾ ਮੈਂ ਵੀ ਸੰਯੋਗ ਕਰ ਰਿਹਾ ਜੀ। ਬਹੁਤ ਵਧੀਆ ਉਪਰਾਲਾ ਗਾ, ਮੈਂ ਗਿਆ ਸੀ ਪਿਛਲੇ 3 ਮਹੀਨੇ ਹੋ ਗਏ ਜੀ, ਅਤੇ ਵਿਆਹ ਸੀ ਮੇਰੇ ਭਰਾ ਦੀ ਬੇਟੀ ਦਾ। ਜਦੋਂ ਮੈਂ ਕਿਹਾ ਵੀ ਮਹਾਰਾਜ ਦਰਸ਼ਨ ਜ਼ਰੂਰ ਕਰਨੇ, ਮੈਂ ਸਵੇਰੇ ਸ਼ਾਮ ਜਾਂਦਾ ਜੀ, ਹਾਜ਼ਰੀ ਭਰਦਾ ਮਹਾਰਾਜ ਕੋਲ, ਮਹਾਰਾਜ ਮੈਂ ਕਿੱਥੇ ਦਰਸ਼ਨ ਕਰੂੰਗਾ, ਇੱਥੇ ਤਾਂ ਗੁਰਦੁਆਰਾ ਹੀ ਨਹੀਂ ਹੈਗਾ। ਜੋ ਮੈਂ ਸਾਹਮਣੇ ਨੇਗਾ ਮਾਰੀ, ਮੇਰੇ ਭਰਾ ਨੂੰ ਪੁੱਛਿਆ ਵੀ ਉਹ ਸਾਹਮਣੇ ਕੀ ਆ ਮੰਦਰ ਜਾਓ, ਕਹਿੰਦੇ ਗੁਰਦੁਆਰਾ ਮੰਦਰ ਦੇ ਨਾਂ ਪਿਛਲੇ ਪਾਸੇ। ਮੈਂ ਤਾਂ ਫਿਰ ਉਹਦੀ ਗੱਡੀ ਚੱਕ ਕੇ ਫਿਰ ਉੱਥੇ ਗਿਆ ਜੀ, ਦਰਸ਼ਨ ਕਰੇ, ਬਹੁਤ ਵਧੀਆ ਸਤਿਕਾਰ ਕਰਿਆ, ਉਹਨਾਂ ਨੂੰ ਬਹੁਤ ਉਹ ਲੱਗਿਆ ਜੀ, ਮਤਲਬ ਕੀਤਾ ਵੀ ਸਰਦਾਰ ਭਰਾ ਆਇਆ ਜੀ। ਉਹ ਹਿੰਦੀ ਬੋਲਦੇ, ਹਿੰਦੀ 'ਚ ਪਾਠ ਕਰਦੇ ਨੇ ਉਹ ਸਾਰੇ ਜੀ, ਪਹਾੜੀ ਭਾਸ਼ਾ 'ਚ ਹੀ ਬੋਲਦੇ ਆ, ਵਾਹਿਗੁਰੂ ਦਾ ਜਾਪ ਵੀ ਉਸ ਤਰ੍ਹਾਂ ਹੀ ਕਰਦੇ ਆ ਉਹ। ਅਸੀਂ ਬਿਲੋਂਗ ਅਸੀਂ ਹਿਮਾਚਲ ਤੋਂ ਕਰਦੇ ਜੀ, ਅਤੇ ਮੇਰੇ ਪਿਤਾ ਜੀ ਇੱਧਰ ਇਰੀਗੇਸ਼ਨ ਡਿਪਾਰਟਮੈਂਟ ਵਿੱਚ ਚੌਂਕੀਦਾਰ ਸੀ ਰੈਸਟ ਹਾਊਸ ਦੇ, ਉਹ ਇੱਥੇ ਆਏ। ਉਸ ਤੋਂ ਬਾਅਦ ਮੈਂ ਮੇਰਾ ਜਨਮ ਹੋਇਆ, ਜਨਮ ਹੋਣ ਤੋਂ ਬਾਅਦ 3 ਮਹੀਨੇ ਬਾਅਦ ਮੈਂ ਇੱਥੇ ਆ ਗਿਆ ਸੀ ਹੰਡਾਏ ਆਪਣੇ ਪਿੰਡ ਦੇ ਵਿੱਚ ਜੀ, ਅਤੇ ਉਸ ਤੋਂ ਬਾਅਦ ਮੈਂ ਇੱਥੇ ਹੀ ਪੜ੍ਹਿਆ ਜੀ 1ਵੀਂ ਤੋਂ ਲੈ ਕੇ 10ਵੀਂ ਤੱਕ ਜੀ, ਅਤੇ ਹੌਲੀ ਹੌਲੀ ਜੀਵਨ ਦਿਹਾੜੀ ਕਰਦੇ ਰਹੇ ਜੀ, ਸਫਲ ਚੱਲਦਾ ਰਿਹਾ। ਅਤੇ ਫਿਰ ਮੈਂ ਇੱਕ ਫੈਕਟਰੀ ਵਿੱਚ ਲੱਗ ਗਿਆ ਜੀ, ਫੈਕਟਰੀ ਦੇ ਵਿੱਚ ਜਿਹੜੇ ਮੈਮ ਸੀਗੇ ਕੰਪਾਈਨਾਂ ਦੇ ਨਛੱਤਰ ਸਿੰਘ ਜੀ, ਅਤੇ ਉਹਨਾਂ ਦੇ ਨਾਲ ਮੈਂ ਜੋਬ 15 ਸਾਲ ਲਾਏ ਜੀ। ਉਹ ਵੀ ਡੇਲੀ ਦੇ 10 ਪਾਠ ਕਰਦੇ, ਉਹਨਾਂ ਨਾਲ 3 ਵਜੇ ਉੱਠਣਾ ਜੀ। ਉਸ ਤੋਂ ਬਾਅਦ ਰਾਤ ਨੂੰ ਸਾਨੂੰ 12 ਵੱਜ ਜਾਂਦੇ ਸੀ ਬਿਜਨਸ ਦੇ ਵਿੱਚ, ਸ਼ਾਮ ਨੂੰ ਫਿਰ ਪਾਠ ਕਰਨਾ ਜੀ ਉਹਨਾਂ ਨੇ। ਉਹਨਾਂ ਨਾਲ ਹੀ ਦੇਖਦੇ ਦੇਖਦੇ ਮੇਰਾ ਵੀ ਮਨ ਹੈ ਜਿਹੜਾ ਸਿੱਖੀ ਕੰਨੀ ਜਾਣ ਲੱਗ ਪਿਆ ਨਾਲ ਰਹਿਣ ਦੇ ਕਾਰਨ ਜੀ। ਅਤੇ ਹੌਲੀ ਹੌਲੀ ਫਿਰ ਸਾਡੇ ਇੱਥੇ ਦੀਵਾਨ ਲੱਗੇ 9ਵੇਂ ਪਾਤਸ਼ਾਹ ਗੁਰਦੁਆਰਾ ਸਾਹਿਬ, ਅਤੇ ਉੱਥੇ ਮੈਂ ਅੰਮ੍ਰਿਤ ਸੰਚਾਰ ਕੀਤਾ ਜੀ। ਅੰਮ੍ਰਿਤ ਸੰਚਾਰ ਕਰਨ ਤੋਂ ਬਾਅਦ ਮੇਰੇ ਘਰਦਿਆਂ ਨੇ ਨਹੀਂ ਕੀਤਾ ਜੀ, ਅਤੇ ਮੈਂ ਰੋਜ਼ ਮਹਾਰਾਜ ਕੋਲ ਅਰਦਾਸ ਕਰਦਾ ਸੀਗਾ ਜੀ, ਹੇ ਵਾਹਿਗੁਰੂ ਵੀ ਮੇਰੇ ਘਰ ਦੇ ਵੀ ਅੰਮ੍ਰਿਤ ਸੰਚਾਰ ਕਰ ਲੈਣ। ਅਤੇ 16ਵੇਂ ਦਿਨ ਵਾਹਿਗੁਰੂ ਨੇ ਕਿਰਪਾ ਕਰਤੀ ਜੀ, ਉਹ ਵੀ ਤਿਆਰ ਹੋ ਗਏ ਅੰਮ੍ਰਿਤ ਸੰਚਾਰ ਕਰਨ। ਫਿਰ ਉਹਨਾਂ ਨੂੰ ਅੰਮ੍ਰਿਤ ਸੰਚਾਰ ਕੀਤਾ ਜੀ, ਅਤੇ ਮੇਰੇ 3 ਬੇਟੇ ਨੇ ਜੀ, 3ੇ ਬੇਟੇ ਅੰਮ੍ਰਿਤਧਾਰੀ ਹੈ, ਅਤੇ 3ੇ ਬੇਟੇ ਗੱਤਕਾ ਸਿੱਖੇ ਹੋਏ ਆ ਜੀ, ਗੱਤਕਾ ਪਾਰਟੀ 'ਚ ਖੇਡਣ ਜਾਂਦੇ ਆ, ਅਤੇ 3ੇ ਬੇਟੇ ਦਮਾਲਾ ਸਜਾਉਂਦੇ ਆ ਜੀ, ਦਮਾਲਾ ਵੀ ਬਹੁਤ ਵਧੀਆ ਸਜਾਉਂਦੇ ਆ, ਪੱਗ ਸਜਾਉਂਦੇ ਆ ਜੀ, ਵਧੀਆ ਮਤਲਬ ਸਿੱਖੀ ਵਾਲੇ ਪਾਸੇ ਚੱਲ ਪਏ ਜੀ। ਹੁਣ 1 ਬੇਟਾ ਮੇਰਾ 10ਵੀਂ ਕਲਾਸ 'ਚ ਪੜ੍ਹਦਾ, 1 ਪਲੱਸ 2 'ਚ ਪੜ੍ਹਦਾ ਜੀ, 1 ਪਲੱਸ 2 ਕਰ ਗਿਆ ਜੀ। ਅਤੇ ਵਾਹਿਗੁਰੂ ਦੀ ਕਿਰਪਾ ਹੋਈ, ਅਤੇ ਜਦੋਂ ਮੈਂ ਅੰਮ੍ਰਿਤ ਸੰਚਾਰ ਕੀਤਾ ਜੀ, ਮੇਰੇ ਦਰਦ ਹੁੰਦਾ ਸੀ ਅੰਮ੍ਰਿਤ ਸੰਚਾਰ ਕਰਨ ਤੋਂ ਪਹਿਲਾਂ 3 ਮਹੀਨੇ ਪਹਿਲਾਂ ਜੀ, ਅਤੇ ਜਿਸ ਦਿਨ ਮੈਂ ਅੰਮ੍ਰਿਤ ਸੰਚਾਰ ਕੀਤਾ ਜੀ, ਵਾਹਿਗੁਰੂ ਦੀ ਕਿਰਪਾ ਹੋਈ, ਮੇਰੇ ਦਰਦ ਉਸ ਤੋਂ ਬਾਅਦ ਅੱਜ ਤੱਕ ਨਹੀਂ ਹੋਇਆ ਜੀ। ਇੰਨੀ ਸ਼ਕਤੀ ਆਈ ਆ, ਐਕਟੀਵਿਟੀ ਹੋਈ ਆ ਵੀ ਬਹੁਤ ਜ਼ਿਆਦਾ ਜੀ, ਮਹਾਰਾਜ ਦੀ ਇੰਨੀ ਕਿਰਪਾ ਹੋ ਗਈ ਜੀ। ਅਤੇ ਉਸ ਦਿਨ ਤੋਂ ਬਾਅਦ ਸਾਨੂੰ ਸਿੱਖ ਭਰਾਵਾਂ ਦਾ ਸੰਯੋਗ ਮਿਲਦਾ ਰਿਹਾ। ਸਾਡੇ ਮਿੱਤਰ ਮੇਰੇ ਨਾਲ ਕਲਾਸ ਫੈਲੋ ਸੀ ਬੂਟਾ ਸਿੰਘ ਧਾਲੀਵਾਲ,
ਐਮ ਸੀ ਇੱਥੋਂ ਦੇ ਜੀ ਉਹਨਾਂ ਮਿੱਤਰ ਆ, ਉਹਨਾਂ ਨੇ ਵੀ ਸਾਨੂੰ ਆਹ ਜਗ੍ਹਾ ਜਿਹੜੀ ਆ ਦਿੱਤੀ ਜੀ। ਪਰ ਅਸੀਂ ਮਤਲਬ ਉਹਨਾਂ ਨੂੰ ਵੀ ਘਰ ਪਾ ਲਿਆ, ਇਹ ਸਾਰਾ ਕੁਛ ਕਰ ਲਿਆ ਜੀ, ਰਜਿਸਟਰੀ ਕਰਾ ਲਈ। 14-15 ਸਾਲ ਬਾਅਦ ਪੈਸੇ ਦਿੱਤੇ, ਉਹ ਵੀ ਬੜੇ ਧੱਕੇ ਨਾਲ, ਉਹ ਲੈਂਦੇ ਨਹੀਂ ਸੀਗੇ ਜੀ। ਬਹੁਤ ਵਧੀਆ ਇਨਸਾਨ ਨੇ ਜੀ। ਬਸ ਅਸੀਂ ਬੂਟਿਆਂ ਦੀ ਸੇਵਾ ਵੀ ਕਰ ਰਹੇ ਹਾਂ ਜੀ, ਪੌਦਿਆਂ ਦੀ ਸੇਵਾ ਕਰ ਰਹੇ ਹਾਂ ਬੂਟਿਆਂ ਦੀ, ਅਤੇ ਬਾਕੀ ਅਸੀਂ ਆਲ੍ਹਣੇ ਵਗੈਰਾ ਵੀ ਜਾਨਵਰਾਂ ਵਾਸਤੇ ਲਾਏ ਹੋਏ ਇੱਥੇ ਜੀ। ਵਧੀਆ ਵਾਹਿਗੁਰੂ ਦੀ ਕਿਰਪਾ ਗਈ। ਇੱਕ ਸਰਦਾਰ ਸਾਡੇ ਸੇਵਾ ਸਿੰਘ ਜੀ ਹੈ ਜੀ, ਰਾਜੀਆ ਵਾਲੇ, ਉਹ ਵੀ ਸਾਡੇ ਬਹੁਤ ਸੰਯੋਗ ਸਰਦਾਰ, ਬਹੁਤ ਵਧੀਆ ਨੇ ਜੀ। ਉਹਨਾਂ ਨੇ ਵੀ ਸਾਨੂੰ ਮਤਲਬ ਕਿ ਦਿਹਾੜੀ ਦੂਰ 'ਤੇ ਲੈ ਕੇ ਜਾਂਦੇ, ਗੱਡੀ ਵੀ ਦਿੱਤੀ ਹੈ ਜੀ ਚਲਾਉਣ ਵਾਸਤੇ। ਉਹਨਾਂ ਦੀ ਗੱਡੀ 'ਚ ਵੀ ਬਹੁਤ ਵਧੀਆ ਸੰਯੋਗ ਹੈ ਜੀ ਉਹਨਾਂ ਦਾ, ਬਹੁਤ ਕੋਟੀ ਕੋਟੀ ਧੰਨਵਾਦ। ਪਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ, ਮਿਹਰ ਭਰਿਆ ਹੱਥ ਰੱਖੇ ਸਾਰੇ ਪਰਿਵਾਰ 'ਤੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਏ ਨੇ, ਫੈਕਟਰੀਆਂ ਵਧੀਆ ਚੱਲਣ ਜੀ। ਕਿਰਪਾ ਕਰਨ ਮਹਾਰਾਜ, ਐਂ ਗਰੀਬਾਂ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਸੰਯੋਗ ਹੈ ਜੀ। ਹਾਂਜੀ, ਉਹਨਾਂ ਕੋਲ ਮੈਂ ਦਿਹਾੜੀ ਜਾਂਦਾ ਹੁੰਦਾ ਸੀਗਾ ਜੀ, ਅਤੇ ਉਹ ਕਹਿੰਦੇ ਮੋਹਨ ਸਿੰਘ ਜੀ ਤੁਸੀਂ ਕੀ ਕਰਦੇ? ਮੈਂ ਜੀ ਮੈਂ ਦਿਹਾੜੀ ਜਾਂਦਾ ਜੀ, 500 ਰੁਪਇਆ ਕਮਾਉਂਦਾ, ਸ਼ਾਮ ਨੂੰ 700 ਖਤਮ ਹੋ ਜਾਂਦਾ ਜੀ। ਅਤੇ ਉਹ ਕਹਿੰਦੇ ਮੋਹਨ ਤੂੰ ਗੱਡੀ ਲੈ ਲਾ। ਮੈਂ ਜੀ ਮੇਰੇ ਕੋਲ ਪੈਸੇ ਨਹੀਂ ਹੈਗੇ। ਉਹ ਕਹਿੰਦੇ ਬੈਠ ਨਾਲ, ਮੈਂ ਬੈਠਾ ਨਾ ਜੀ, ਬਹਿ ਗਿਆ। ਚਲੋ, ਕਹਿੰਦੇ ਅਸੀਂ ਕਿਹੜਾ ਤੇਰੇ ਤੋਂ ਪੈਸੇ ਲੈਣੇ ਆ, ਤੂੰ ਗੱਡੀ ਦਾ ਮੈਂਟੇਨੈਂਸ ਰੱਖ, ਚਲਾ, ਆਪਦੇ ਬੱਚੇ ਪਾਲ, ਵੀ ਜੇ ਮੇਰੀ ਮੈਡਮ ਨੂੰ ਵੀ ਲੈ ਕੇ ਜਾਣਾ, ਇਹ ਤੋਂ ਵੀ ਤੂੰ ਕਿਰਾਇਆ ਲੈਣਾ ਗਾ, ਇਹ ਨਹੀਂ ਹੈਗਾ ਵੀ ਤੂੰ ਐਂ ਲੈ ਜਾਏ। ਵੀ ਬਹੁਤ ਵਧੀਆ ਇਨਸਾਨ ਨੇ ਜੀ, ਹਰ ਇੱਕ ਮਤਲਬ ਉਹਨਾਂ ਦਾ ਸੰਯੋਗ ਹੈ ਜੀ ਸਾਨੂੰ। ਆ ਲੋਕਡਾਊਨ ਦੇ ਵਿੱਚ ਵੀ ਉਹਨਾਂ ਨੇ ਸਾਨੂੰ ਬਹੁਤ ਸੰਯੋਗ ਕੀਤਾ ਜੀ, ਹਰ ਇੱਕ ਚੀਜ਼ ਤੋਂ ਸਾਨੂੰ ਕਿਸੇ ਵਾਂਝਾ ਨਹੀਂ ਰਹਿਣ ਦਿੱਤਾ। ਪਰਮਾਤਮਾ ਕਰੇ ਉਹਨਾਂ ਨੂੰ ਸਾਡੀ ਉਮਰ ਵੀ ਲੱਗ ਜਾਏ ਇਹੋ ਜਿਹੇ ਇਨਸਾਨਾਂ ਨੂੰ। ਬਹੁਤ ਵਧੀਆ ਸਵਾਗਤ ਕੀਤਾ ਗਿਆ ਜੀ, ਵੀ ਦੇਣ ਨਹੀਂ ਦੇ ਸਕਦੇ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਕਿ ਇੰਨਾ ਸਹਿਯੋਗ ਦੇ ਰਿਹਾ। ਵਾਹਿਗੁਰੂ ਵਿੱਚ ਵੱਸ ਕੇ ਆਉਂਦਾ ਜੀ। ਆਪਾਂ ਕਹਿੰਦੇ ਹਾਂ ਪਰਮਾਤਮਾ ਕਿੱਥੇ ਆ? ਪਰਮਾਤਮਾ ਕਿੱਥੇ ਨਹੀਂ ਹੈਗਾ ਜੀ, ਪਰਮਾਤਮਾ ਬੰਦੇ ਦੇ ਇਨਸਾਨ ਦੇ ਅੰਦਰ ਹੀ ਆ, ਪਰ ਉਹ ਅੱਖ ਦੇਖਣ ਵਾਲੀ ਹੋਣੀ ਚਾਹੀਦੀ ਆ ਬੰਦੇ ਨੂੰ, ਫਿਰ ਮਿਲਦਾ ਜ਼ਰੂਰ ਆ। ਇੱਕ ਝੂਠ ਨਹੀਂ ਬੋਲਣਾ, ਬੇਈਮਾਨੀ ਨਹੀਂ ਕਰਨੀ, ਠੱਗੀ ਨਹੀਂ ਮਾਰਨੀ ਕਿਸੇ ਨਾਲ, ਅਤੇ ਪਰਮਾਤਮਾ ਆਪੇ ਹੀ ਆਉਂਦਾ ਜੀ, ਵੱਸ ਕੇ ਆਉਂਦਾ ਵਿੱਚ, ਹਰੇਕ ਜਗ੍ਹਾ 'ਤੇ ਹਾਜ਼ਰ ਨਾਜ਼ਰ ਹੈ। ਹਾਂਜੀ, ਮੈਂ ਮਤਲਬ ਕਿ 2 ਸਾਲ ਹੀ 2023-96 'ਚ ਮੇਰਾ ਵਿਆਹ ਹੋਇਆ ਜੀ। ਬਸ ਉਦੋਂ ਤੋਂ ਮੈਂ ਸ਼ਰਾਬ ਪੀਣੀ ਸ਼ੁਰੂ ਕੀਤੀ ਜੀ, ਅਤੇ 2 ਸਾਲ ਲਗਾਤਾਰ ਪੀਤੀ ਆ, ਅਤੇ ਪੀਤੀ ਵੀ ਬਹੁਤ ਆ ਜੀ। ਚੱਕ ਹੀ ਲਿਆਉਂਦੇ ਹੁੰਦੇ ਸੀਗੇ ਜੀ ਮੈਨੂੰ, ਅਤੇ ਐਂ ਲਾ ਲਓ ਵੀ ਹਰ ਇੱਕ ਸ਼ਰਾਬ ਹੀ ਪੀਂਦਾ ਸੀ, ਖਾਂਦਾ ਪੀਂਦਾ ਕੁਛ ਨਹੀਂ ਸੀ। ਕਈ ਵਾਰ ਡਿੱਗ ਵੀ ਜਾਂਦਾ ਸੀ ਤਾਂ ਲੋਕ ਛੱਡ ਜਾਂਦੇ ਸੀ ਨਾ ਚੱਕ ਕੇ ਜੀ, ਅਤੇ ਲੋਕ ਸ਼ਾਮ ਨੂੰ ਐਂ ਕਹਿੰਦੇ ਸੀ ਮੋਹਨ ਆ ਗਿਆ ਵੀ ਭੱਜ ਲਓ, ਵੀ ਇਹ ਤਾਂ ਹੁਣ ਦਾਰੂ ਮੰਗੂਗਾ ਜੀ। ਅਤੇ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਵੀ ਵਾਹਿਗੁਰੂ ਜਿਹਦੇ ਤੋਂ ਮੈਂ ਅੰਬਰ ਛਕਿਆ ਜੀ, ਹੁਣ ਉਹੀ ਲੋਕ ਨੇ ਜਿਹੜੇ ਮੈਨੂੰ ਦੇਖ ਕੇ ਭੱਜ ਜਾਂਦਾ ਜੀ ਮੋਹਨ ਆ ਗਿਆ ਯਾਰ। ਜੇ ਕੋਈ ਮਤਲਬ ਕਿ ਬੀੜੀ ਵੀ ਪੀਂਦਾ ਗਾ ਉਹ ਵੀ ਲੁਕੋ ਲੈਂਦਾ, ਜਰਦਾ ਲਾਉਂਦਾ ਉਹ ਵੀ ਲੁਕੋ ਲੈਂਦਾ ਜੀ, ਅਤੇ ਜੇ ਕੋਈ ਸ਼ਰਾਬ ਪੀਂਦਾ ਗਾ ਉਹ ਹੱਥ ਵੀ ਨਹੀਂ ਮਿਲਾਉਂਦਾ ਜੀ, ਦੂਰੋਂ ਹੀ ਫਤਿਹ ਬੁਲਾਉਂਦਾ, ਦੂਰੋਂ ਖੜ ਕੇ ਆਦਰ ਕਰਦੇ ਹਾਂ ਜੀ, ਇੰਨਾ ਸਤਿਕਾਰ ਕਰਦੇ ਆ ਸਿੱਖੀ ਲੈਵਲ ਦੇ ਵਿੱਚ। ਅੱਜ ਤੱਕ ਕੋਈ ਵੀ ਮੈਂ ਗੱਡੀ ਲੈ ਕੇ ਕਿੱਥੇ ਵੀ ਜਾਂਦਾ ਗਾ, ਕਿਸੇ ਵੀ ਪੁਲਿਸ ਅਫਸਰ ਨੇ, ਕਿਸੇ ਵੀ ਬੰਦੇ ਨੇ ਆਪਾਂ ਨੂੰ ਕਦੇ ਅੱਜ ਤੱਕ ਰੋਕਿਆ ਨਹੀਂ, ਚਾਹੇ ਡੀ ਸੀ ਸਾਹਿਬ ਕੋਲ ਜਾਈਏ, ਕਿਸੇ ਕੋਲ ਵੀ ਜਾਈਏ, SSP ਸਾਹਿਬ ਕੋਲ ਵੀ ਜਾਈਏ, ਪੂਰਾ ਸਤਿਕਾਰ ਕਰਦੇ ਜੀ। ਸਿੱਖੀ ਬਾਣੀ ਦੇ ਵਿੱਚ ਬੰਦਾ ਸੱਚਾ ਹੋਣਾ ਚਾਹੀਦਾ ਜੀ, ਉਹਦਾ ਸਤਿਕਾਰ ਮਹਾਰਾਜ ਆਪੇ ਕਰਵਾਉਂਦਾ ਵਿੱਚ ਵੱਸ ਕੇ, ਉਸ ਬੰਦਿਆਂ ਵਿੱਚ ਉਹਦੀ ਹਾਜ਼ਰ ਹੋ ਜਾਂਦਾ। ਹਿੰਦੂ ਧਰਮ 'ਚ ਪੈਦਾ ਹੋਏ ਸੀ ਅਸੀਂ ਜੀ, ਸਾਡੇ ਵੱਡੇ ਬਜ਼ੁਰਗ ਸੀ ਮੇਰੇ ਪਿਤਾ ਜੀ ਸ਼੍ਰੀ ਰੋਸ਼ਨ ਲਾਲ ਜੀ, ਦਾਦੇ ਦਾ ਨਾਮ ਸ਼੍ਰੀ ਖੈਂਦੀ ਰਾਮ ਆ ਜੀ, ਅਤੇ ਦਾਦੇ ਦਾ ਹੈਗਾ ਪੜਦਾਦੇ ਦਾ ਨਾਮ ਹੈਗਾ ਸਾਡਾ ਲਾਭਾ ਸਿੰਘ ਜੀ, ਅਤੇ ਅਸੀਂ ਹਿੰਦੂ ਧਰਮ 'ਚ ਹੀ ਪੈਦਾ ਹੋਏ ਜੀ। ਸਾਡੇ ਮਤਲਬ ਕਿ ਮੇਰਾ ਵਿਆਹ ਹੋਇਆ ਸੀ ਜਿਹੜਾ, ਉਹ ਵੀ ਫੇਰੇ ਹੋਏ ਸੀ, ਪੰਡਿਤ ਨੇ ਫੇਰੇ ਕਰਾਏ ਸੀ, ਹਿਮਾਚਲ 'ਚ ਵਿਆਹ ਹੋਇਆ ਸੀ। ਇੱਥੋਂ ਅਸੀਂ ਬਰਾਤ ਲੈ ਕੇ ਗਏ ਸੀਗੇ, ਕਿਉਂਕਿ ਉੱਥੇ ਗੁਰਦੁਆਰੇ ਦੀ ਮਤਲਬ ਕਿ ਉਹ ਨਹੀਂ ਹੈਗਾ ਸੀਗਾ, ਰੀਤੀ ਰਿਵਾਜ਼ ਨਹੀਂ ਸੀਗਾ ਉਹਨਾਂ ਦਾ, ਅਤੇ ਧੋਤੀ ਪਾ ਕੇ ਬਨੈਣ ਪਾ ਕੇ, ਅਤੇ ਮਤਲਬ ਕਿ ਉਹਨਾਂ ਨੇ ਮੇਰਾ ਵਿਆਹ ਕੀਤਾ ਜੀ ਉੱਥੇ। ਅਤੇ ਫਿਰ ਉਦੋਂ ਬਾਅਦ ਜਦੋਂ ਅਸੀਂ ਅੰਮ੍ਰਿਤ ਸੰਚਾਰ ਕਰ ਲਿਆ ਜੀ, ਉਦੋਂ ਅਸੀਂ ਇੱਥੇ ਦੇਗ ਬਣਾ ਕੇ ਲੈ ਕੇ ਅਰਦਾਸ ਕੀਤੀ ਮਹਾਰਾਜ ਕੋਲ, ਝਾਲਾਮਾ ਲਿੱਤੀ, ਸਾਨੂੰ ਦੱਸਿਆ ਜਿਵੇਂ ਉਹ ਕਰਿਆ ਜੀ ਅਸੀਂ, ਵੀ ਉਹ ਗੁਰਦੁਆਰਾ ਸਾਹਿਬ ਕਹਿੰਦੇ ਪਾਠ ਕਹਿੰਦੇ ਵੀ ਤੁਸੀਂ ਐਂ ਕਰ ਲਓ ਹੈ ਨਾ, ਵੀ ਇਹ ਮਤਲਬ ਹੈਗਾ ਜੀ। ਅਸੀਂ ਪਿੱਛੇ ਤਾਂ ਅਸੀਂ ਮਤਲਬ ਜਿਵੇਂ ਮਾਤਾ ਨੂੰ ਮੰਨਦੇ ਸੀਗੇ ਜੀ, ਸਾਡੇ ਸ਼ਿਵਜੀ ਭਾਨੂੰ ਬਾਬਾ ਬਾਲਕ ਨਾਥ ਨੂੰ ਮੰਨਦੇ ਸੀਗੇ ਜੀ, ਅਤੇ ਪਰਮਾਤਮਾ ਤਾਂ ਇੱਕੋ ਹੀ ਹੈ ਜੀ, ਹਰੇਕ ਜਗ੍ਹਾ 'ਤੇ ਹੈਗਾ, ਹਰੇਕ ਸੰਦਾਨ 'ਤੇ ਹੈਗਾ, ਬੰਦੇ ਹਰੇਕ ਬੰਦੇ ਦੇ ਵਿੱਚ ਹੈਗਾ, ਬਸ ਆਪਦਾ ਵਿਸ਼ਵਾਸ ਹੋਣਾ ਚਾਹੀਦਾ ਆਪਾਂ ਨੂੰ ਹੈ ਨਾ। ਮੈਂ ਤਾਂ ਇਹੀ ਕਹੂੰਗਾ ਜੀ, ਅੱਜ ਤੱਕ ਜੋ ਚੀਜ਼ ਮੰਗੀ ਆ ਪਰਮਾਤਮਾ ਨੇ ਪਹਿਲਾਂ ਹੀ ਹਾਜ਼ਰ ਕੀਤੀ ਹੈ ਜੀ, ਕੋਈ ਅਸੀਂ ਹਾਂਜੀ ਵਿਆਹ ਤੋਂ ਬਾਅਦ ਛਕਿਆ ਜੀ। ਬੱਚੇ ਵੀ ਕਹਿੰਦੇ ਸਾਨੂੰ ਵੀ ਅਸੀਂ ਅੰਬਰ ਛਕਣਾ ਜੀ, ਅਸੀਂ ਆਖਿਆ ਤੁਸੀਂ ਛੋਟੇ ਹੋ ਬੱਚੇ ਹੋ ਤੁਸੀਂ ਨਾ ਛਕੋ, ਕਹਿੰਦੇ ਨਹੀਂ
ਅਸੀਂ ਡੈਡੀ ਛੱਕ ਨਹੀਂ ਸਕਣਾ ਗਾ ਸਪੈਸ਼ਲ ਫਿਰ ਉਹਨਾਂ ਨੂੰ ਛਕਵਾਇਆ ਜੀ ਅੰਦਰ ਜਿਵੇਂ ਤੁਹਾਡੇ ਹਿਮਾਚਲ ਵਾਲੇ ਰਿਸ਼ਤੇਦਾਰ ਨੇ ਉਹ ਉੱਪਰਾਂ ਨਹੀਂ ਮੰਨਦੇ ਜੀ ਨਹੀਂ ਜੀ ਕੋਈ ਉੱਪਰਾਂ ਨਹੀਂ ਮੰਨਦੇ ਸਾਰੇ ਪੂਰਾ ਸਤਿਕਾਰ ਕਰਦੇ ਆ ਜੀ ਕੋਈ ਐਸੀ ਗੱਲ ਨਹੀਂ ਹੈਗੀ ਪਹਿਲਾਂ ਪਹਿਲਾਂ ਲੱਗਿਆ ਹੋਊਗਾ ਜੀ ਹਾਂ ਪਹਿਲਾਂ ਪਹਿਲਾਂ ਜ਼ਰੂਰ ਲੱਗਿਆ ਸੀ ਉਹਨਾਂ ਨੂੰ ਵੀ ਦਾੜੀ ਕਦੇ ਉਹਨਾਂ ਨੇ ਇੰਨੀ ਵਧਾਈ ਦੇਖੀ ਕਿਉਂਕਿ ਕਲੀਨ ਸ਼ੇਪ ਰਹਿੰਦੇ ਉੱਥੇ ਸਾਰੇ ਬੰਦੇ ਜੀ ਹਿੰਦੀ ਭਾਸ਼ਾ ਬੋਲਦੇ ਹਿਮਾਚਲ ਦੀ ਅਤੇ ਅਸੀਂ ਪੰਜਾਬੀ ਬੋਲਦੇ ਪਹਿਲਾਂ ਸਮਝ ਵੀ ਨਹੀਂ ਆਉਂਦੀ ਸੀ ਹੁਣ ਮਤਲਬ ਕਿ ਮੈਂ ਵੀ ਜ਼ਿਆਦਾ ਹੀ ਮਤਲਬ ਹਿਮਾਚਲ ਭਾਸ਼ਾ ਵੀ ਬੋਲ ਲੈਂਦਾ ਜੀ ਉਹਨਾਂ ਨਾਲ ਉਹ ਉੱਥੇ ਜਾ ਕੇ ਉਹ ਬੋਲੀ ਦੀ ਆ ਉੱਥੇ ਖੇਤੀ ਵੀ ਕਰੀਦੀ ਆ ਹਲ ਲਾ ਕੇ ਮੈਂ ਵਾਹਨ ਵੀ ਬਾਹ ਰਿਹਾ ਉੱਥੇ ਆਪਦਾ ਮੇਰੇ ਸਾਡੀ ਜ਼ਮੀਨ ਆ ਜੀ ਉੱਥੇ ਜੱਦੀ ਜਦੋਂ ਮੈਂ ਇੱਥੋਂ ਫਰੀ ਹੁੰਦਾ ਜੀ ਫਿਰ ਮੈਂ ਉਹਦੇ ਭਰਾ ਨਾਲ ਜਾ ਕੇ ਪੂਰੀ ਹਿੰਮਤ ਕਰਵਾਉਂਦਾ ਜੀ ਉੱਥੇ ਹਲ ਹੁਲ ਵਾਹੁੰਦੇ ਹਾਂ ਜ਼ਮੀਨ ਚੌਲ ਵਗੈਰਾ ਕਣਕ ਵਗੈਰਾ ਲਾਉਂਦੇ ਹਾਂ ਮੱਕੀ ਵੀ ਬੀਜਦੇ ਹਾਂ ਅਦਰਕ ਵਗੈਰਾ ਸਾਰਾ ਕੁਛ ਸਾਡੇ ਫਸਲਾਂ ਆਉਂਦੀਆਂ ਦਾਲਾਂ ਦੂਲਾਂ ਉੱਥੇ ਜੀ ਅਤੇ ਜਾਂਦੇ ਮਹੀਨਾ ਮਹੀਨਾ ਲਾਇਆ ਆਉਂਦਾ ਜੀ ਵਧੀਆ ਠੰਡੀ ਛਾਂ ਵੀ ਵਧੀਆ ਮੌਸਮ ਆ ਜੀ ਉੱਥੇ ਮੋਹਨ ਸਿੰਘ ਦੀ ਪਤਨੀ ਨਿਰਮਲਾ ਕੌਰ ਵੀ ਸਿੱਖ ਹੀ ਸਰੂਪ ਵਿੱਚ ਵਿਚਰਦੇ ਹਨ ਤੇ ਖੁਸ਼ ਹਨ ਉਹਨਾਂ ਦਾ ਪਰਿਵਾਰ ਸਿੱਖ ਧਰਮ ਨਾਲ ਜੁੜਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਹਿਮਾਚਲ ਦੀ ਜੰਮਪਲ ਹੋਣ ਕਰਕੇ ਉਹਨਾਂ ਨੂੰ ਪਹਿਲਾਂ ਪੰਜਾਬੀ ਨਹੀਂ ਸੀ ਆਉਂਦੀ ਇਸ ਕਰਕੇ ਉਹ ਹਿੰਦੀ ਵਿੱਚ ਹੀ ਪਾਠ ਕਰਦੇ ਸਨ ਪਰ ਬਾਅਦ ਵਿੱਚ ਉਹਨਾਂ ਨੇ ਪੰਜਾਬੀ ਪੜ੍ਹਨੀ ਸਿੱਖ ਲਈ ਜਿਸ ਕਰਕੇ ਹੁਣ ਪੰਜਾਬੀ ਵਿੱਚ ਪਾਠ ਕਰਦੇ ਹਨ ਪਹਿਲਾਂ ਤਾਂ ਮੈਨੂੰ ਆਉਂਦੀ ਨਹੀਂ ਸੀ ਪੰਜਾਬੀ ਤੇ ਉਰੇ ਆ ਕੇ ਬਸ ਜਦੋਂ ਬੱਚੇ ਪੜ੍ਹਨ ਲੱਗ ਗਏ ਜੀ ਹੌਲੀ ਹੌਲੀ ਆਉਣ ਲੱਗ ਗਏ ਹੁਣ ਪੰਜਾਬੀ ਪੜ੍ਹ ਲੈਂਦੀ ਹਾਂ ਲਿਖਣੀ ਨਹੀਂ ਆਉਂਦੀ ਜੀ ਅਤੇ ਉਦੋਂ ਮਗਰੋਂ ਵੈਸੇ ਇਹਨਾਂ ਨੇ ਅੰਮ੍ਰਿਤ ਛੱਕ ਲਿਆ ਮੈਨੂੰ ਕਹਿੰਦੇ ਸੀ ਵੀ ਛੱਕ ਲਓ ਫਿਰ 15 ਕੁ ਦਿਨਾਂ ਤੋਂ ਜੀ ਇੱਥੇ ਛੱਕ ਲਿਆ ਸੀ ਫਿਰ ਉਸ ਤੋਂ ਬਾਅਦ ਜੀ ਵਧੀਆ ਸਿੱਖੀ ਸਿੱਖੀ ਨਾਲ ਜੁੜੇ ਹੋਏ ਹਨ ਜੀ ਬੱਚੇ ਵੀ ਸਾਡੇ ਛੋਟੇ ਛੋਟੇ ਬੱਚਿਆਂ ਨੇ ਪਹਿਲਾਂ ਚੂੜਾ ਛੱਕ ਲਿਆ ਸੀ ਬਸ ਕਹਿੰਦੇ ਅਸੀਂ ਅੰਮ੍ਰਿਤ ਛੱਕਣਾ ਅਤੇ ਆਏ ਜੀ ਹੁਣ ਵਧੀਆ ਦਮਾਲੇ ਦਮੂਲੇ ਬਣਦੇ ਆ ਪੱਗਾਂ ਬਣਦੇ ਜੀ ਸੋਹਣੇ ਲੱਗਦੇ ਆ ਚੰਗਾ ਲੱਗਦਾ ਤੁਹਾਨੂੰ ਹਾਂਜੀ ਹਾਂਜੀ ਬਹੁਤ ਚੰਗਾ ਜੀ ਅਤੇ ਪਾਠ ਵਗੈਰਾ ਕਰਦੇ ਹੋ ਗੁਰਦੁਆਰੇ ਵੱਲ ਜਾਂਦੇ ਹੋ ਹਾਂਜੀ ਗੁਰਦੁਆਰੇ ਜਾਂਦੇ ਹਾਂ ਜੀ ਪੜ੍ਹ ਕੇ ਇੱਥੇ ਅਤੇ ਪਾਠ ਵੀ ਕਰ ਲੈਂਦੇ ਹੁਣ ਪੰਜਾਬੀ 'ਚ ਵੀ ਕਰ ਲੈਂਦੇ ਹਾਂ ਪਹਿਲਾਂ ਹਿੰਦੀ 'ਚ ਕਰਦੇ ਹੁੰਦੇ ਸੀ ਥੋੜ੍ਹਾ ਕੁ ਜਿਹੜੀ ਕਰਿਆ ਸੀ ਜੀ ਪਹਿਲਾਂ ਮੈਨੂੰ ਆਉਂਦਾ ਨਹੀਂ ਸੀ ਫਿਰ ਹੌਲੀ ਹੌਲੀ ਮੈਨੂੰ ਪੰਜਾਬੀ 'ਚ ਕਰਨ ਲੱਗ ਗਈ ਨਹੀਂ ਜੀ ਸਾਨੂੰ ਜਮ੍ਹਾਂ ਨਹੀਂ ਲੱਗਿਆ ਜੀ ਇਹਨਾਂ ਨੇ ਆ ਕੇ ਬਸ ਮੱਥਾ ਟੇਕ ਕੇ ਕਹਿੰਦੇ ਮੰਮੀ ਡੈਡੀ ਨੂੰ ਪੁੱਛ ਕੇ ਕਹਿੰਦੇ ਮੈਂ ਤਾਂ ਅੰਮ੍ਰਿਤ ਛੱਕਣਾ ਜੀ ਫਿਰ ਇਹਨਾਂ ਨੇ ਅੰਮ੍ਰਿਤ ਛੱਕ ਲਿਆ ਮਗਰ ਨੂੰ ਬਸ 15 ਕੁ ਦਿਨਾਂ ਤੋਂ ਜੀ ਅਸੀਂ ਛੱਕ ਲਿਆ ਸੀ ਵਧੀਆ ਜੀ ਸਾਹਿਬ ਕਹਿੰਦੇ ਚੰਗਾ ਕਰਿਆ ਤੁਸੀਂ ਜੀ ਸਿੱਖੀ ਪਰਿਵਾਰ ਨਾਲ ਜੁੜ ਗਏ ਜੀ ਨਸ਼ਿਆਂ ਤੋਂ ਛੁੱਟ ਗਏ ਜੀ ਬਹੁਤ ਦਰਦ ਦੁਰ ਪੀਂਦੇ ਹੁੰਦੇ ਸੀ ਪਹਿਲਾਂ ਜੀ ਉੱਥੇ ਹੀ ਪਿੰਡ ਦੇ ਰਹਿਣ ਵਾਲੇ ਬਗੀਚਾ ਸਿੰਘ ਦੱਸਦੇ ਹਨ ਕਿ ਉਹਨਾਂ ਦਾ ਇਸ ਪਰਿਵਾਰ ਨਾਲ ਪਿਛਲੇ 20 ਸਾਲ ਤੋਂ ਵਾਹ ਹੈ ਉਹਨਾਂ ਕਿਹਾ ਕਿ ਬਹੁਤ ਹੀ ਨੇਕ ਪਰਿਵਾਰ ਹੈ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਅਜਿਹੇ ਪਰਿਵਾਰ ਨਾਲ ਜੁੜੇ ਹੋਏ ਹਨ ਉਹਨਾਂ ਨੇ ਕਿਹਾ ਕਿ ਨਾਂ ਤਾਂ ਕੋਈ ਵੀ ਧਾਰਨ ਕਰ ਸਕਦਾ ਹੈ ਪਰ ਇਸ ਤਰ੍ਹਾਂ ਹਿੰਦੂ ਪਰਿਵਾਰ ਵਿੱਚ ਪੈਦਾ ਹੋ ਕੇ ਸਿੱਖ ਬਣਨਾ ਬਿਨਾਂ ਚੋਰੀ ਠੱਗੀ ਤੋਂ ਮਿਹਨਤ ਮੁਸ਼ੱਕਤ ਕਰਕੇ ਖਾਣਾ ਝੂਠ ਨਾ ਬੋਲਣਾ ਕਿਸੇ ਦਾ ਮਾੜਾ ਨਾ ਕਰਨਾ ਅਜਿਹਾ ਪਰਿਵਾਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਿਆ ਹੈ ਇਹ ਜੀ ਬਹੁਤ ਨੇਕ ਪਰਿਵਾਰ ਹੈ ਮੈਨੂੰ 20 ਸਾਲ ਤੋਂ ਉੱਤੇ ਹੋ ਗਏ ਇਹਨਾਂ ਦੇ ਦਿੰਦਾ ਨਹੀਂ ਇਹਨਾਂ ਦੀ ਮਾਤਾ ਦੇ ਉਹਨਾਂ ਦੇ ਨਾਲ ਵੀ ਸਾਡਾ ਬਹੁਤ ਪ੍ਰੇਮ ਸੀ ਬਲਕਿ ਜਦੋਂ ਦਾ ਇਹਨਾਂ ਦੇ ਨਾਲ ਸਾਡਾ ਬੱਚਿਆਂ ਦੇ ਨਾਲ ਹੋਇਆ ਸਾਡਾ ਬਹੁਤ ਪ੍ਰੇਮ ਬਲਕਿ ਬਹੁਤ ਇਨਸਾਨ ਜਿਹੜੇ ਨੇ ਬਹੁਤ ਚੰਗੇ ਨੇ ਕਿਸੇ ਦੇ ਨਾਲ ਇਹਨਾਂ ਦੀ ਉਹ ਜੀ ਨਹੀਂ ਪਿੰਡ ਦੇ ਵਿੱਚ ਬਹੁਤ ਵਧੀਆ ਚੀਜ਼ ਬਣਾਈ ਗਈ ਇਹਨਾਂ ਨੇ ਆਉਣੀ ਜਾਣੀ ਚੰਗੀ ਗੁਰਸਿੱਖ ਪਰਿਵਾਰ ਇਹ ਬਣ ਗਿਆ ਬਲਕਿ ਜਿਹੜੇ ਸਿੱਖੀ ਲੈਣ 'ਤੇ ਅਸੀਂ ਕਹਿ ਦਿੰਦੇ ਵੀ ਅਗਲਾ ਕਹਿ ਦਿੰਦੇ ਵੀ ਅਸੀਂ ਸਿੱਖ ਪਰਿਵਾਰ ਦੇ ਵਿੱਚ ਸਿੱਖਾਂ ਦੇ ਵਿੱਚ ਜੰਮੇ ਹਾਂ ਸਿੱਖਾਂ ਦੇ ਵਿੱਚ ਜੰਮਣ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਇਹਨਾਂ ਦਾ ਜਿਹੜਾ ਹਿੰਦੂ ਪਰਿਵਾਰ ਹੈ ਕਿਸੇ ਦੇ ਦਾੜੀ ਕੇਸ ਨਹੀਂ ਹੈਗੇ ਹਿਮਾਚਲ ਦੇ ਰਹਿਣ ਵਾਲੇ ਨੇ ਅਤੇ ਅੱਜ ਜਿਹੜੇ ਨੇ ਇਹ ਗੁਰਸਿੱਖ ਬਣੇ ਨੇ ਖਾਲਸਾ ਮੋਹ ਸਿੰਘ ਖਾਲਸਾ ਵਾਹਿਗੁਰੂ ਖਾਲਸਾ ਇਹਨਾਂ ਦੇ ਜਿਹੜਾ ਇਹਨਾਂ ਦੇ ਪਿਤਾ ਜੀ ਨੇ ਉਹਨਾਂ ਦਾ ਅੱਜ ਵੀ ਦਾੜੀ ਕੇਸ ਪੱਟੇ ਹੋਏ ਨੇ ਪਰ ਇਹਨਾਂ ਦੇ ਜਿਹੜੇ ਪਰਿਵਾਰ ਇਹਨੇ ਬੱਚੇ ਨੇ ਦੋ 3 ਬੱਚੇ ਨੇ 3 ਦੇ ਗੁਰਸਿੱਖ ਨੇ ਅੰਮ੍ਰਿਤਧਾਰੀ ਨੇ ਕੋਈ ਇਹਨਾਂ ਦਾ ਚਾਹ ਇਹਨਾਂ ਦਾ ਜਿੰਨਾ ਪਰਿਵਾਰ ਹੈ ਬਹੁਤ ਵਧੀਆ ਅਤੇ ਬਹੁਤ ਵਧੀਆ ਲਿੰਕ ਬਣੇ ਹੋਏ ਨੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਇਹ ਜਨ ਸੇਵਾ ਵੀ ਕਰਦੇ ਨੇ ਪੰਛੀਆਂ ਦੀ ਵੀ ਕਰਦੇ ਨੇ ਹੋਰ ਕਿਸੇ ਤਰ੍ਹਾਂ ਦੀ ਕੋਈ ਵੀ ਸੰਸਥਾ ਦੇ ਵਿੱਚ ਪਿੰਡ ਦੇ ਵਿੱਚ ਜੇ ਕੋਈ ਲੰਗਰ ਲਾਉਣਾ ਜਾਂ ਕਿਸੇ ਦੇ ਹੋਰ ਕੋਈ ਪ੍ਰੋਗਰਾਮ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਅੱਗੇ ਵੀ ਆਉਣ ਜਾਣ ਵਾਸਤੇ ਕਿਸੇ ਦੇ ਨਾਲ ਕੋਈ ਜੇ ਇਹਨਾਂ ਨੇ ਇਹ ਨਹੀਂ ਵੇਖਣਾ ਵੀ ਘਰ ਗਰੀਬ ਹੈ ਜਾਂ ਅਮੀਰ ਹੈ ਹਰ ਇੱਕ ਦੇ ਘਰ ਦੇ ਵਿੱਚ ਜਾ ਕੇ ਇਹਨਾਂ ਨੇ ਉਹਨਾਂ ਦੇ ਨਾਲ ਉਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਬਹੁਤ ਵਧੀਆ ਪਰਿਵਾਰ ਬਣ ਕੇ ਚੱਲ ਪੈਂਦੇ ਜਿਹੜੇ ਅਸਲੀ ਸਿੱਖ ਦਾ ਮਤਲਬ ਭਾਵ ਇਹ ਵੀ ਜਿਹੜੇ ਅਸੀਂ ਵਿੱਚ ਡਫਾਂਗੀ ਸਿੱਖ ਜਿਹੜੇ ਬੰਦੇ ਨੇ ਜਿਹੜੇ ਕਹਿੰਦੇ ਜੀ ਅਸੀਂ ਨੀਲੇ ਚੋਲੇ ਪਾ ਕੇ ਅਸੀਂ ਆਹ ਕਰਦੇ ਨੇ ਪਰ ਸਾਨੂੰ ਉਹਨਾਂ ਦੇ ਵਿੱਚ ਨਹੀਂ ਜਿਹੜੀ ਬਲਕਿ ਇਹਨਾਂ ਦੇ ਹਿੰਦੂ ਪਰਿਵਾਰ ਦੇ ਵਿੱਚ ਸਿੱਖ ਹੀ ਪਰਨਾ ਇਹਦੇ ਮੂਲ ਖਾਲਸੇ ਦੇ ਵਿੱਚ ਆਇਆ ਇਹ ਅਜੇ ਤੱਕ ਸਾਡੀ ਉਮਰਾਂ ਦੇ ਵਿੱਚ ਨਹੀਂ ਦੇਖਿਆ ਮੇਰੀ ਵੀ 62-63 ਸਾਲ ਦੀ ਉਮਰ ਦੇ ਵਿੱਚ ਮੈਂ ਇਹੋ ਜਿਹਾ ਸਿੱਖ ਨਹੀਂ ਕੋਈ ਵੇਖਿਆ ਵੀ ਜਿਹੜੀ ਸਿੱਖੀ ਇਸ ਪਰਿਵਾਰ ਦੇ ਵਿੱਚ ਆਈ ਮੋਹਨ ਸਿੰਘ ਜਿੱਥੇ ਮਿਹਨਤ ਮੁਸ਼ੱਕਤ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਨ ਉੱਥੇ ਉਹ ਸਮਾਜ ਸੇਵੀ ਕੰਮਾਂ ਵਿੱਚ ਵੀ ਲੱਗੇ ਹਨ ਉਹਨਾਂ ਦੇ ਮਲਾਪੜੇ ਸੁਭਾਅ ਅਤੇ ਸਮਾਜ ਸੇਵੀ ਬਿਰਤੀ ਕਰਕੇ ਉਹਨਾਂ ਨੂੰ ਪਿੰਡ ਵਿੱਚ ਮਾਣ ਸਤਿਕਾਰ ਨਾਲ ਦੇਖਿਆ ਜਾਂਦਾ ਹੈ ਸੁਚਰਨਪ੍ਰੀਤ ਸਿੱਖ ਨਿਊਜ਼ ਐਕਸਪ੍ਰੈਸ ਬਰਨਾਲਾ
ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।